ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਪਾਵਨ ਸਥਾਨ ਸ਼੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਨੀ ਤਪਾ ਦਰਾਜ ਮੋਹਾਲੀ ਵਾਲੇ, ਉਹਨਾਂ ਦਾ ਜੀਵਨ ਦਰਸ਼ਨ ਮਾਰਗ ਇੱਥੋਂ ਸ਼ੁਰੂ ਹੋਇਆ। ਸ਼੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਨੀ 1950 ਤੋਂ ਇਸ ਸਥਾਨ ਤੋਂ ਅਰਦਾਸ ਕਰਕੇ ਚੱਲੇ ਸੀ, ਜਦੋਂ ਉਹਨਾਂ ਨੂੰ ਤਪ ਕਰਨ ਵਾਸਤੇ ਗਏ ਤਪਾ ਦਰਾਜ ਦੀ ਧਰਤੀ 'ਤੇ। 1950 ਤੋਂ ਮਹਾਂਪੁਰਖਾਂ ਨੇ ਇਸ ਸਥਾਨ ਤੋਂ ਅਰਦਾਸ ਕਰਕੇ ਇਸ ਜੀਵਨ ਦਰਸ਼ਨ ਦੀ ਸ਼ੁਰੂਆਤ ਕੀਤੀ। ਇੱਥੋਂ ਚੱਲ ਕੇ ਮਹਾਂਪੁਰਖਾਂ ਨੇ ਅਰਦਾਸ ਕਰਕੇ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ। ਮਹਾਂਪੁਰਖਾਂ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਯਾਦਗਾਰ ਸ਼੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਨੀ, ਉਹਨਾਂ ਦੀ ਯਾਦ ਵਿੱਚ ਇਹ ਪਵਿੱਤਰ ਪਾਵਨ ਸਥਾਨ ਦੀ ਸੇਵਾ ਸ਼ੁਰੂ ਹੈ। ਅਤੇ ਇਸ ਥਾਂ ਤੋਂ ਮਹਾਂਪੁਰਖ ਤਪਾ ਗੁਰਦੁਆਰਾ ਛੀਟਾਂ ਵਾਲਾ ਤੋਂ ਚੱਲ ਕੇ ਧੂਰੀ ਰਹੇ, ਧੂਰੀ ਤੋਂ ਚੱਲ ਕੇ ਫਿਰ ਅਲਾਲ, ਅਲਾਲ ਤੋਂ ਚੱਲ ਕੇ ਮਹਾਂਪੁਰਖ ਸੇਖਾ ਜ਼ਰੂਰ ਦੀ ਧਰਤੀ 'ਤੇ ਕਾਫੀ ਸਮਾਂ ਉਹਨਾਂ ਨੇ ਗੁਜ਼ਾਰਿਆ। ਉੱਥੇ ਫਿਰ ਪਵਿੱਤਰ ਪਾਵਨ ਸਥਾਨ ਬਣਿਆ ਹੁਣ ਮਹਾਂਪੁਰਖਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੇਖਾ ਜ਼ਰੂਰ। ਉੱਥੇ ਬਹੁਤ ਵੱਡਾ ਸਥਾਨ ਮਹਾਂਪੁਰਖਾਂ ਦੀ ਯਾਦ ਵਿੱਚ ਬਣਿਆ। ਉੱਥੋਂ ਚੱਲ ਕੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਨੀ ਕੁਣਸ ਗਏ। ਕੁਣਸ ਥੋੜ੍ਹਾ ਚਿਰ ਉੱਥੇ ਫਿਰ ਮਹਾਂਪੁਰਖਾਂ ਨੇ ਵਿਸ਼ਰਾਮ ਕੀਤਾ। ਉੱਥੇ ਇੱਕ ਮਹਾਂਪੁਰਖ ਕਿਸੇ ਦੀ ਮੋਟਰ 'ਤੇ ਬੈਠੇ, ਉਹਨਾਂ ਨੇ ਮਹਾਂਪੁਰਖਾਂ ਨੂੰ ਬਹੁਤ ਮਾਰਿਆ ਕੁੱਟਿਆ ਪ੍ਰਾਣੀਆਂ ਨਾਲ। ਇਹ ਮਹਾਂਪੁਰਖ ਉੱਥੋਂ ਪਰਮੇਸ਼ਰ ਦਾ ਹੁਕਮ ਮੰਨਦੇ ਹੋਏ ਤਪਾ ਦਰਾਜ ਦੀ ਧਰਤੀ 'ਤੇ ਚਲੇ ਗਏ। ਉੱਥੇ ਮਹਾਂਪੁਰਖਾਂ ਨੇ ਫਿਰ ਤਕਰੀਬਨ 12 ਸਾਲ ਤਪੱਸਿਆ ਕੀਤੀ ਤਪਾ ਦਰਾਜ ਦੀ ਪਵਿੱਤਰ ਧਰਤੀ 'ਤੇ। ਉਹ ਧਰਤੀ ਜਿੱਥੇ ਮਹਾਂਪੁਰਖਾਂ ਨੇ ਗੁਰਦੁਆਰਾ ਟਿੱਬਾ ਸਾਹਿਬ ਪਵਿੱਤਰ ਸਥਾਨ ਮਹਾਂਪੁਰਖਾਂ ਦੀ ਯਾਦ ਵਿੱਚ ਬਣਿਆ, ਉੱਥੇ ਉਸ ਸਥਾਨ 'ਤੇ ਮਹਾਂਪੁਰਖਾਂ ਦਾ ਤਪ ਸਥਾਨ ਹੈ। ਮਹਾਂਪੁਰਖਾਂ ਨੇ 12 ਸਾਲ 9 ਮਹੀਨੇ ਕਾਫੀ ਸਮਾਂ ਉੱਥੇ ਮਹਾਂਪੁਰਖਾਂ ਨੇ ਤਪ ਕਰਕੇ ਉਹ ਧਰਤੀ ਨੂੰ ਭਾਗ ਲਾਏ, ਪਰਮੇਸ਼ਰ ਦਾ ਨਾਮ ਜਪਿਆ। ਤੋ ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਉੱਥੇ ਬੜੀ ਕਠਿਨ ਤਪੱਸਿਆ ਕਰਕੇ ਉਸ ਸਥਾਨ ਦੀ ਸੇਵਾ ਕੀਤੀ। ਅੱਜ ਉਹ ਸਥਾਨ ਗੁਰਦੁਆਰਾ ਟਿੱਬਾ ਸਾਹਿਬ ਤਪਾ ਦਰਾਜ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ, ਜਿੱਥੇ ਬੇਅੰਤ ਗੁਰਸਿੱਖ ਸੰਗਤਾਂ ਜਾ ਕੇ ਆਪਣੇ ਤਨ ਮਨ ਧਨ ਦੇ ਨਾਲ ਸੇਵਾ ਕਰਦੀਆਂ ਨੇ ਅਤੇ ਮਨ ਦੀ ਸ਼ਾਂਤੀ ਪ੍ਰਾਪਤ ਕਰਦੀਆਂ ਨੇ। ਅਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਛੀਟਾਂ ਸਾਹਿਬ ਛੀਟਾਂ ਵਾਲਾ ਵਿਖੇ, ਜਿੱਥੇ ਮਹਾਂਪੁਰਖਾਂ ਦੀ ਯਾਦ ਵਿੱਚ ਇਹ ਸਥਾਨ ਚੱਲ ਰਿਹਾ, ਸੇਵਾ ਚੱਲ ਰਹੀ ਹੈ, ਬੇਅੰਤ ਗੁਰਸਿੱਖ ਸੰਗਤਾਂ ਸੇਵਾ ਕਰ ਰਹੀਆਂ ਨੇ। ਸੋ ਸਾਰੀਆਂ ਸੰਗਤਾਂ ਨੂੰ ਇਹੋ ਬੇਨਤੀ ਹੈ ਵੀ ਅੱਜ ਬੇਅੰਤ ਗੁਰਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਛੀਟਾਂ ਵਾਲਾ ਵਿਖੇ, ਜੋ ਕਿ ਮਹਾਂਪੁਰਖਾਂ ਦੀ ਯਾਦ ਵਿੱਚ ਇਹ ਸਥਾਨ ਬਣ ਰਿਹਾ ਹੈ ਅਤੇ ਉਸਦੀ ਸੇਵਾ ਚੱਲ ਰਹੀ ਹੈ, ਸਾਰੀਆਂ ਦੇਸ਼ ਵਿਦੇਸ਼ ਦੀਆਂ ਗੁਰਸਿੱਖ ਸੰਗਤਾਂ ਨੂੰ ਇਹੋ ਬੇਨਤੀ ਕਰਦੇ ਹਾਂ ਵੀ ਮਹਾਂਪੁਰਖਾਂ ਦਾ ਇਹ ਤਪ ਸਥਾਨ ਸ਼ੁਰੂਆਤ ਆ ਜਿੱਥੋਂ ਹੋਇਆ ਉਹ ਪਵਿੱਤਰ ਪਾਵਨ ਸਥਾਨ ਹੈ। ਅਤੇ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਤਨ ਮਨ ਧਨ ਦੀ ਨਾਲ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ, ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬੇਅੰਤ ਗੁਰਸਿੱਖ ਸੰਗਤਾਂ ਸੇਵਾ ਨਿਭਾ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।